कहिंदे ने जेड़ियां कौमां अपना इतिहास भुल जांदियां और दुनिया दे नक्शे कदम तो हमेशा हमेशा ले मिट जांदियां। पूरे मुल्क दा ढिड भरन वाला किसान अज मजबूर है अंदोलन दी राह ते तुरन वास्ते। सरकार दी पॉलिसी है पंजाबी नूं खत्म करन दी। जिन्ने साडे सड़कां दे बोर्ड लगे तुसीं देखो इंग्लिश उपर है, उहदे थल्ले हिंदी है, पंजाबी साडी सब तों थल्ले। समें दीआं मौजूदा सरकारां दीआं किसान मारू गलत नीतियां करके अज देश दा किसान अते मजदूर अंदोलन दी राह ते मजबूर होके दिल्ली दीआं बरूहां ते बैठा है। जपजी साहिब एक ओंकार सतनाम करता पुरख निरभउ निरवैर अकाल मूरत अजूनी सैभं गुरप्रसाद जप आदि सच जुगाद सच हैपी सच नानक होसी भी सच। इस अंदोलन नू दिल्ली विखे चलदे हुए तकरीबन 6 महीने तो उत्ते दा समा हो चुका है। इस अंदोलन विच बच्चे बुजुर्ग नौजवान शिरकत कर रहे ने। 500 तो वध किसान अपनी शहादतां दे चुके ने। ਉੱਚੀ ਥਾਂ ਤੇ ਬਹਿਣਾ ਨੇ ਸੁੱਤਿਆ ਬੰਦਾ ਹੈ ਐਨ ਵਧੀਆ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਅੰਦੋਲਨ ਵਿੱਚ ਦੇਸ਼ ਵਿਦੇਸ਼ ਤੋਂ ਵੱਖ ਵੱਖ ਜਥੇਬੰਦੀਆਂ ਅਤੇ ਸੰਸਥਾਵਾਂ ਆਪਣਾ ਆਪਣਾ ਯੋਗਦਾਨ ਪਾ ਰਹੀਆਂ ਨੇ, ਜਿਨ੍ਹਾਂ ਵਿੱਚੋਂ ਮਿਡਲੈਂਡ ਲੰਗਰ ਸੇਵਾ ਸੁਸਾਇਟੀ UK ਵੀ ਸਿੰਘੂ ਅਤੇ ਟੀਕਰੀ ਬਾਰਡਰ ਦਿੱਲੀ ਵਿਖੇ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ। ਇਹ ਕਹਿ ਦਿੰਦੇ ਨੇ ਪੈਲਸ 'ਚ ਕਰੋਨੋ ਆ ਜੀ, ਗੁਰੂ ਘਰਾਂ 'ਚ ਕਰੋਨੋ ਆ ਜੀ, ਜਦ ਇਹਨਾਂ ਨੇ ਇਕੱਠ ਕਰਨਾ ਉੱਥੇ ਕੋਈ ਕਰੋਨੋ ਨਹੀਂ। ਇਸ ਅੰਦੋਲਨ ਨੇ ਨੌਜਵਾਨਾਂ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਅਤੇ ਉਹ ਨਸ਼ੇ ਪੱਤੇ ਛੱਡ ਕੇ ਕਸਰਤ ਅਤੇ ਖੇਡਾਂ ਵਿੱਚ ਆਪਣਾ ਸਮਾਂ ਬਤੀਤ ਕਰਦੇ ਨੇ। ਸਾਡੀ ਇਹ ਆਰ ਪਾਰ ਦੀ ਲੜਾਈ ਹੈ, ਜਿੰਨਾ ਚਿਰ ਅਸੀਂ ਇਹ ਗੱਲ ਨੂੰ ਸਿਰੇ ਨਹੀਂ ਚਾੜਦੇ ਜੋ ਕੁਛ ਮਰਜ਼ੀ ਕਰ ਲੈਣਾ ਅਸੀਂ ਇੱਥੋਂ ਜਿੱਤ ਕੇ ਨਿਕਲਾਂਗੇ। ਇਸ ਅੰਦੋਲਨ 'ਚ ਮਾਈਆਂ ਅਤੇ ਬੀਬੀਆਂ ਵੀ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਨੇ। ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਮੂਹ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਰਹਿਣ ਦਾ ਨਿਵਾਸੀ ਹਾਂ ਅਤੇ ਇਹ ਜਿਹੜੀ ਦੌੜ ਹੈ ਗੁਰਦੁਆਰਾ ਯਾਦਗਾਰ ਸ਼ਹੀਦਾਂ ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਕੇਰ ਸਿੰਘ ਦੇ ਸਥਾਨ ਤੋਂ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਤੋਂ ਸ਼ੁਰੂ ਕੀਤੀ ਗਈ ਸੀ, ਜੋ ਕਿ ਪੂਰਾ ਜਿਹੜਾ ਸਫ਼ਰ 600 ਕਿਲੋਮੀਟਰ ਦਾ ਸੀ, ਜਿਹੜਾ ਸਿੰਘ ਬਾਰਡਰ ਵਿਖੇ ਜਿਹੜਾ ਸਮਾਪਤੀ ਕੀਤੀ ਗਈ ਦੌੜ ਦੀ। ਆਦਿ ਸੰਗਤ ਸਾਡਾ ਮੂਲ ਵਿਚਾਰ ਭੇਟਾ ਜਾਗੋ ਭੇਟਾ।
गुरु नानक पातशाह वालों चलाई लंगर की प्रथा भी इत्थे देखण नूं मिलदी है, जिस दे विच माइयां भैणां वध चढ़ के हिस्सा निभाउंदियां ने ते बजुर्ग भी उन्हां दी पूरी मदद करदे ने। कद पंज दिन ला गए, कद छह दिन ला गए, एक दिन तीन दिन ही लाए थे, ऐ बस कुछ चंगी इस तरह याद नहीं। हूँ छेवें बार किसान जथेबंदियां अते भारत सरकार दरम्यान तकरीबन 11 बार बेसिट्टा मीटिंगां हो चुकियां ने। ਨਿਗਾਹ ਵਿੱਚ ਝੋਲਾ ਜ਼ਿਆਦਾ ਪੈਂਦਾ, ਪਤਾ ਨਹੀਂ ਵੀ ਕਿੰਨੇ ਕੁ ਬੰਦੇ ਗਾੜੀ ਮੈਨੂੰ, ਜੇ ਨਹੀਂ ਹੁੰਦੀ ਤਾਂ ਵੀ ਬੰਦੇ ਕਿੰਨੇ ਆ ਕਿੰਨੇ ਨਹੀਂ। ਮੈਂ ਉੱਥੇ ਖੜੇ ਹੋ ਕੇ ਚਾਰ ਫੇਰਾ ਵੇਖ ਕੇ ਮੈਂ ਆਖਿਆ ਓਏ ਸਾਨੂੰ ਕਿਉਂ ਸ਼ਰੀਰ ਦੇ ਅਸੀਂ ਆਰਾਮ ਨਾਲ ਬੈਠੇ ਹਾਂ। ਮੁੜ ਕੇ ਬਾਬਾ ਜੀ ਗੁੱਸਾ ਹੀ ਮਨ ਚੇਨਾ, ਮੈਂ ਵੀ ਆਓ ਜੀ ਆ ਜਾਓ ਜੇ ਛੇੜਿਆ ਜਾਓ ਹੁਣ ਇੱਧਰ, ਚਲੋ ਕਰ ਰਹੇ ਤੁਸੀਂ ਕਰਨੀ ਤੁਸੀਂ ਕਰੋ, ਅਸੀਂ ਕਰਾਂਗੇ ਜੀ ਕਰਨਾ। ਅਸੀਂ ਨਾਲ ਖੜੇ ਹਾਂ ਪੂਰੇ ਕੌਮ ਦੇ ਨਾਲ। ਜੋ ਹਮਾਰੇ ਕੋ ਜੋ ਮਰਜ਼ੀ ਮਾਰਦੇ, ਹਮ ਆਪਕੇ ਹੱਕਾਂ ਕੇ ਲਈ।